ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਪ੍ਰਣਾਮ ਸਭ ਨੂੰ ਜੀ। ਮੈਂ ਅੱਜ ਆਇਆ ਸਾਂ ਜੀ ਪਿੰਡ ਬਹਿਬੋਵਾਲ ਸ਼ਨੀਆ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਇਹ ਹੈ ਜੀ ਬਹਿਬੋਵਾਲ ਸ਼ਨੀਆ ਦਾ ਲੱਗਿਆ ਹੋਇਆ ਸਾਈਨ ਬੋਰਡ। ਲਹਿੰਦੇ ਪੰਜਾਬ ਪਾਕਿਸਤਾਨ ਤੋਂ ਇੱਕ ਬੀਬੀ ਜੀ, ਬੀਬੀ ਸ਼ਮਸ਼ਾਦ ਜੀ, ਉਹਨਾਂ ਨੇ ਸਾਡਾ ਦੇਸ਼ ਪੰਜਾਬ ਚੈਨਲ 'ਤੇ ਇੰਟਰਵਿਊ 'ਚ ਦੱਸਿਆ ਕਿ ਉਹਨਾਂ ਦਾ 1947 ਦੀ ਵੜ ਤੋਂ ਪਹਿਲਾਂ ਪਿੰਡ ਹੋਇਆ ਕਰਦਾ ਸੀ ਬਹਿਬੋਵਾਲ ਸ਼ਨੀਆ। ਉਹ ਇੱਥੇ ਦੇ ਜੰਪਰ ਸਨ, ਉਹਨਾਂ ਨੇ ਇੱਥੇ ਬਚਪਨ ਗੁਜ਼ਾਰਿਆ। ਅਤੇ ਅੱਜ ਤੁਹਾਨੂੰ ਵਿਖਾਵਾਂਗੇ ਪਿੰਡ ਬਹਿਬੋਵਾਲ ਸ਼ਨੀਆ, ਨਾਲ ਸੁਣਾਂਗੇ ਉਹਨਾਂ ਦਾ ਇੱਕ ਵੀਡੀਓ ਕਲਿੱਪ। ਪਿੰਡ ਬਹਿਬੋਵਾਲ ਸ਼ਨੀਆ ਦਸੂਹਾ ਤਹਿਸੀਲ ਹੈੱਡਕੁਆਰਟਰ ਦੇ ਪਹਾੜ ਵੱਲ, ਤਹਿਸੀਲ ਦਸੂਹਾ ਦਾ ਆਖਰੀ ਪਿੰਡ ਹੈ। ਔਰ ਚੱਲਦੇ ਹਾਂ ਪਿੰਡ ਵਿੱਚ। ਹਾਂਜੀ, ਕੀ ਨਾਮ ਤੁਹਾਡਾ? ਸ਼ਮਸ਼ਾਦ। ਅੱਛਾ, ਤੇ ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ? ਇਬਰਾਹਿਮ। ਤੇ ਚੜ੍ਹਦੇ ਪੰਜਾਬ ਦੇ ਵਿੱਚ, ਪਿੱਛੇ ਇੰਡੀਆ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਸੀ? ਬਹਿਬੋਵਾਲ ਸ਼ਨੀਆ। ਤੇ ਤਹਿਸੀਲ ਕਿਹੜੀ ਸੀ? ਦਸੂਹਾ। ਤੇ ਜ਼ਿਲ੍ਹਾ? ਹੁਸ਼ਿਆਰਪੁਰ। ਅੱਛਾ, ਤੇ ਕਿੱਡਾ ਕੁ ਵੱਡਾ ਪਿੰਡ ਸੀ? ਬਹੁਤ ਵੱਡਾ ਪਿੰਡ ਸੀ, 7 ਪੱਤੀਆਂ ਸੀ। ਅੱਛਾ, ਬਹਿਬੋਵਾਲ ਸ਼ਨੀਆ। ਹਾਂਜੀ, ਹਾਂ। ਤੇ ਇਹ ਪੱਤੀਆਂ ਦੇ ਨਾਵਾਂ ਦਾ ਤੁਹਾਨੂੰ ਪਤਾ? ਨਹੀਂ, ਮੈਨੂੰ ਨਾਵਾਂ ਦਾ ਨਹੀਂ ਪਤਾ ਹੁੰਦਾ, ਮੈਂ ਛੋਟੀ ਸੀ। ਅੱਛਾ, ਉਦੋਂ ਕਿੰਨੀ ਕੁ ਉਮਰ ਸੀ ਆਪਣੀ? ਮੇਰੀ 10 ਸਾਲ ਦੀ। ਆਪਣੇ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਲੋਕ ਸਨ, ਜਾਣਨ ਵਾਲੇ ਸਨ, ਤੁਹਾਡੇ ਹਮਸਾਏ, ਉਹਨਾਂ ਦੇ ਕੋਈ ਨਾਮ ਦਾ ਪਤਾ? ਸਾਡੇ ਸਾਰੇ ਅਵਾਨ ਹੀ ਸੀਗੇ, ਸਾਡੇ ਲਾਗੇ ਸਿੱਖ ਜਿਹੜੇ ਨਾ ਉੱਪਰਾਂ ਸੀਗੇ, ਉਹਨਾਂ ਦੇ ਘਰ ਸਰਾੜਿਆਂ ਦੇ ਤਾਂ ਤਨਖਾਣਾ ਦੇ, ਉਹ ਹਿੰਦੂ ਸੀਗੇ, ਦੋ ਘਰ ਹੀ, ਇੱਕ ਤਨਖਾਣ ਸੀਗੇ, ਇੱਕ ਰੂਮ ਪਿੰਗਣ ਵਾਲੇ ਸਰਾੜੇ, ਹੋਰ ਕੋਈ ਨਹੀਂ, ਸਭ ਮੁਸਲਮਾਨ ਹੀ ਸੀ। ਅੱਛਾ, ਤੇ ਤੁਸੀਂ ਉੱਥੇ ਸਕੂਲ ਜਾਂਦੇ ਹੁੰਦੇ ਸੀ? ਨਹੀਂ, ਨਹੀਂ ਗਏ। ਅੱਛਾ, ਸਕੂਲ ਨਹੀਂ ਸੀ ਉੱਥੇ ਕੁੜੀਆਂ ਦੇ ਹੈਗੇ। ਅੱਛਾ, ਮੁੰਡਿਆਂ ਦੇ ਸਕੂਲ ਦੂਰ ਸੀਗਾ ਕਿਤੇ। ਅੱਛਾ, ਤੇ ਪਿੰਡ ਦੇ ਵਿੱਚ ਸਕੂਲ ਨਹੀਂ ਹੋਇਆ ਸੀ? ਨਹੀਂ। ਫਿਰ ਪਿੰਡ ਦੇ ਵਿੱਚ ਕੋਈ ਗੁਰਦੁਆਰਾ ਹੋਇਆ ਸੀ? ਨਹੀਂ, ਸਾਡੇ ਪਿੰਡ ਗੁਰਦੁਆਰਾ ਕਿੱਥੋਂ ਹੋਣਾ? ਸਿੱਖ ਨਹੀਂ ਹੈਗੇ, ਗੁਰਦੁਆਰਾ ਕਿੱਥੋਂ ਹੋਣੇ ਸੀ? ਦੋ ਮਸਜਿਦਾਂ ਸੀਗੀਆਂ। ਅੱਛਾ, ਇੱਕ ਮੇਰੇ ਬਾਬੇ ਨੇ ਬਣਾਈ ਸੀ ਹਾਜੀ ਸਮਾਨ ਖਾਨੇ, ਤੇ ਇੱਕ ਦੂਜੀ ਜਿਹੜੀ ਉਹ ਛੱਪੜ ਦੇ ਕਿਨਾਰੇ ਸੀ, ਉਹਨਾਂ ਦੀ, ਬਹਿਬੋਵਾਲੀਆਂ ਦੀ। ਤੇ ਨਾਲ ਹੋਰ ਤੁਹਾਡੇ ਅਜ਼ੀਜ਼ ਰਿਸ਼ਤੇਦਾਰ ਸਨ, ਉਹਨਾਂ ਦੇ ਕੋਈ ਨਾਵਾਂ ਦਾ ਪਤਾ? ਮੇਰੇ ਚਾਚੇ ਤਾਏ ਸੀ ਸਾਰੇ ਨਾਨਕੇ ਦਾਦਕੇ, ਇੱਕ ਮੇਰੇ ਜਿਹੜਾ ਅੱਬੂ ਦਾ ਸੀ ਨਾ ਤਾਇਆ, ਉਹਦਾ ਨਾਂ ਸੀ ਨਵਾਬ। ਅੱਛਾ ਜੀ। ਤੇ ਜਿਹੜਾ ਮੇਰੇ ਅੱਬੂ ਦਾ ਪਿਓ ਸੀ, ਉਹਦਾ ਨਾਂ ਸੀ ਰਸਵਾਨ ਖਾਂ ਹਾਜੀ, ਤੇ ਜਿਹੜਾ ਛੋਟਾ ਸੀ ਉਹਦਾ ਨਾਂ ਸੀ ਚੂੜ ਖਾਂ, ਮੇਰੇ ਦਾਦੇ ਦੇ ਭਰਾ, ਮੇਰੇ ਅੱਬੂ ਦੇ ਚਾਚਾ ਤੇ ਤਾਇਆ ਤੇ ਅੱਬੂ ਜੀ। ਪਿੰਡ ਬਾਰੇ ਦੱਸੋ। ਸਾਰਾ ਪਿੰਡ ਬਹੁਤ ਵੱਡਾ ਸੀ, ਸੀਗੇ ਕੱਚੇ ਮਕਾਨ ਹੀ, ਪੱਕੇ ਕੋਈ ਨੀ, ਦੋ ਮਕਾਨ ਪੱਕੇ ਸੀ, ਇੱਕ ਸਾਕ ਪੱਕੇ ਵਾਲੇ ਦਾ, ਇੱਕ ਸਾਡਾ, ਹੋਰ ਸਾਰੀ ਦੁਨੀਆਂ ਦੇ ਕੱਚੇ ਮਕਾਨ, ਤੇ ਖੁੱਲੇ ਖੁੱਲੇ ਵੱਡੀਆਂ ਵੱਡੀਆਂ ਬੇਲੀਆਂ, ਡੰਗਰ ਪਸ਼ੂ ਰੱਖੇ, ਵਾਹੀਆਂ ਕਰਦੇ, ਨਹਿਰ ਨੀ ਸੀ ਪੈਂਦੀ ਸਾਡੇ ਪਿੰਡ ਚ। ਤੇ ਆਪਣਾ ਉੱਥੇ ਖੂਹ ਵੀ ਹੋਣਾ? ਨਹੀਂ, ਸਾਡੇ ਖੂਹ ਨੀ ਸੀ ਹੈਗੇ, ਉਹਦੇ ਬਰਿਆਨੀ ਪੈੜੀ ਸੀਗੀ, ਤੇ ਮੀਂਹ ਪੈਣਾ ਤੇ ਪਾਣੀ ਲੱਗਣਾ ਫਸਲ ਨੂੰ, ਤੇ ਕੋਈ ਨੀ, ਫਸਲਾਂ ਬਥੇਰੀਆਂ ਨੇ, ਮਕਈ ਵੀ ਹੁੰਦੀ ਸੀ, ਕਮਾਦ ਵੀ ਹੁੰਦਾ ਸੀ, ਕਣਕ ਵੀ ਹੁੰਦੀ, ਚਣੇ ਵੀ ਹੁੰਦੇ ਸੀ, ਸਾਰਾ ਕੁਛ ਹੁੰਦਾ ਸੀ। ਆਪਣੇ ਜਿਹੜੇ ਤੁਹਾਡੇ ਪਿੰਡ ਦੀਆਂ ਪਤਨੀਆਂ ਸੀ, ਉਹਨਾਂ ਦੇ ਨਾਮ ਲਓ। ਪਿੰਡ ਵੀ ਦੱਸ ਦਿੰਦੇ ਆ ਕਿ ਬਹਿਬੋਵਾਲ ਛੰਨੀਆਂ, ਢੇਕੱਲੀਆਂ, ਕਾਦਪੁਰਾ, ਫਿਰ ਮਸੂਰਪੁਰ, ਮਹਿਰਪੁਰ, ਹੇਜਮਾ, ਚਹਾਣਾ, ਫਿਰ ਸਿੰਘਵਾਲ, ਫਿਰ ਬਦੋਟਾ, ਇਹ ਜਿਹੇ ਨਾਂ ਬਥੇਰੇ ਆ। ਹਾਂਜੀ, ਹੁਣ ਕਦੇ ਇਹ ਗੱਲ ਯਾਦ ਆਈ ਹੋਈ ਆਪਣਾ ਪੁਰਾਣਾ ਪਿੰਡ ਕਦੇ ਜਾ ਕੇ ਦੇਖ ਆਵਾਂ? ਉਹ ਤੇ ਸਾਡੇ ਪੱਕੇ ਮਕਾਨ ਸੀਗੇ, ਹਿੰਦੁਸਤਾਨ 'ਚ ਮੇਰੇ ਅੱਬੂ ਨੇ ਬਿਹਤਰੀਨ ਮਕਾਨ ਬਣਾਏ ਸੀ ਪੱਕੇ, ਉੱਤੇ ਤੋਸ ਬਣਾਈ ਸੀ, ਕਨਾਲੀਆਂ ਰੱਖੀਆਂ ਸੀ ਜਾਨਵਰਾਂ ਨੂੰ ਪਾਣੀ ਪਾਉਣ ਨੂੰ, ਸਾਡਾ ਠੀਕ ਠਾਕ ਪਿੰਡ ਮਕਾਨ ਸੀ ਉੱਥੇ ਛੰਨੀਆਂ 'ਚ। ਉਹ ਠੀਕ ਆ, ਮਕਾਨ ਅੱਛਾ ਸੀ, ਲੇਕਿਨ ਦਿਲ ਕਰਦਾ ਵੀ ਮੈਂ ਕਦੇ ਜਾ ਕੇ ਦੇਖ ਆਵਾਂ, ਕਹੀਂ ਸਾਡਾ ਦਿਲ ਕਰਦਾ, ਮੈਂ ਤੇ ਇੱਦਾਂ ਨਹੀਂ ਜਿੱਦਾਂ ਮੈਂ ਬਸ ਸਾਰੀ ਫਿਰਨੀ, ਤੇ ਹੁਣ ਦਿਲ ਨਹੀਂ ਕਰਦਾ ਕਿ ਮੈਂ ਜਾ ਕੇ ਚੱਕਰ ਲਾਵਾਂ। ਜਾਣਾ ਤਾਂ ਹੈਗਾ, ਤੇ ਮੇਰੀ ਹੁਣ ਉਮਰ ਨਹੀਂ ਹੈਗੀ ਜਾਣ ਦੀ। ਉਮਰ ਦਾ ਕੋਈ ਨਹੀਂ ਜੀ, ਭਾਈ ਜਾਨ ਲੈ ਜਾਣਗੇ, ਏਡੀ ਮੇਰੀ ਗੱਲ ਨਹੀਂ, ਹੁਣ ਨਹੀਂ ਮੈਂ ਜਾ ਸਕਦੀ, ਮੈਨੂੰ ਤੁਰਨ ਫਿਰਨ ਦਾ ਮਸਲਾ। ਚਲੋ, ਬੰਦਾ ਆਪਣੀ ਜੰਮਣ ਭੋ ਤਾਂ ਦੇਖ ਆਉਂਦਾ ਨਾ। ਜੰਮਣ ਭੋ ਦਿਸਦੀ ਤਾਂ ਹੈਗੀ ਅੱਖਾਂ ਦੇ, ਤੇ ਪਰ ਉੱਥੇ ਕੋਈ ਹੈਗਾ ਨੀ ਕਿਹਦੇ ਕੋਲ ਜਾ। ਅੱਗੋ ਮੇਰਾ ਗਿਆ ਆ ਹਿੰਦੁਸਤਾਨ, ਤੇ 8 ਦਿਨ ਮੇਰਾ ਅੱਬੂ ਘਰ ਰਹਿ ਕੇ ਆਇਆ, ਸਾਡੇ ਘਰ ਚ ਧੀਰੇ ਦੇ ਸਿੱਖ ਸੀ ਬੈਠੇ, ਤੇ ਜਿਹੜਾ ਸਰੇ ਕਹਿੰਦੇ ਸਰਾ ਦੇ ਨਾਥ, ਉਹ ਮੇਰੇ ਅੱਬੂ ਦਾ ਧਰਮ ਦਾ ਭਰਾ ਬਣਿਆ ਸੀ, ਉਹਦੇ ਕੋਲ ਰਿਹਾ ਪਿੰਡ ਆਪਣੇ।
ਅਬੀ ਮੇਰਾ ਰਿਹਾ ਨਾ 8 ਦਿਨ ਪਿੰਡ ਚ ਜਿਹੜੀਆਂ ਸਿੱਖਾਂ ਤੇ ਹਿੰਦੂਆਂ ਦੀਆਂ ਦੁਆੜੀਆਂ ਤੁਸੀਂ ਅੱਗੇ ਦੱਸਿਆ ਵੀ ਮੇਰੀਆਂ ਚਾਚੀਆਂ ਤਾਈਆਂ ਬਣੀਆਂ ਉਹ ਤੇ ਮੈਂ ਤੈਨੂੰ ਦੱਸਿਆ ਕੇਸਰੀ ਤੇ ਬੇਬੇ ਮਾਲਾ ਤੇ ਚਾਚਾ ਨਾਥ ਉਹ ਤੇ ਮੈਂ ਦੱਸਿਆ ਤੈਨੂੰ ਪਹਿਲਾਂ ਸਭ ਪਿੰਡ ਦੇ ਵਿੱਚ ਮਾਂ ਦੀ ਤਕੀਆਂ ਸੀ ਉਹ ਤਕੀਆ ਕੀ ਹੁੰਦਾ ਇਹ ਦੱਸੋ ਤਕੀਆ ਚ ਕੀ ਹੁੰਦਾ ਸੀ ਉਹ ਬੋਰ ਉਹਨੂੰ ਬੋਰ ਵੱਡੀ ਵੱਡੀ ਸੀ ਕਿ ਬੋਰ ਤੇ ਤਕੀਆ ਇਦਾਂ ਕਹਿੰਦੇ ਸੀ ਕਿ ਜਿਹੜੇ ਫਕੀਰਾਂ ਨੇ ਨਾ ਇੱਕ ਇਦਾਂ ਕਮੇਟੀ ਦਾ ਬਣਾਇਆ ਹੁੰਦਾ ਸੀ ਕੋਠਾ ਵਿੱਚ ਤਵਾ ਚੋਂ ਵੀ ਘੰਟੇ ਪਾ ਛੱਡਦੇ ਸੀ ਜਿਹੜੇ ਲੋਕਾਂ ਨੇ ਮੰਜੇ ਆਣ ਕੇ ਡਾਏ ਉਹਨਾਂ ਨੇ ਹੀ ਦੀਆਂ ਕਿਤਾਬਾਂ ਪੜ੍ਹਨੀਆਂ ਫਿਰ ਨਹੀਂ ਬਾਰ ਦੀਆਂ ਸੋਹਣੀ ਦੀਆਂ ਉਹ ਅਕਬਰ ਬਾਦਸ਼ਾਹ ਦੇ ਜ਼ਮਾਨੇ ਦੀਆਂ ਕਹਾਣੀਆਂ ਉਹਨਾਂ ਨੇ ਪੜ੍ਹਨੀਆਂ ਨਾ ਜਿਹੜੇ ਉਹ ਮੰਜੇ ਡਾਏ ਹੋਣੇ ਆਪਾਂ ਉਹਨੇ ਫਕੀਰਾਂ ਨੂੰ ਹੁੱਕਾ ਤਾਰ ਤਾਰ ਕਰਨ ਦੇਈ ਜਾਣਾ ਉਹਨਾਂ ਨੇ ਫਕੀਰਾਂ ਨੇ ਬਸ ਇੰਨਾ ਕੰਮ ਸੀ ਉਹਨਾਂ ਨੇ ਹੁੱਕਾ ਤਾਰ ਕੇ ਜ਼ਿਮੀਦਾਰਾਂ ਨੂੰ ਦੇਣਾ ਤੇ ਜ਼ਿਮੀਦਾਰਾਂ ਨੇ ਹੁੱਕਾ ਪੀ ਜਾਣਾ ਕਿਤਾਬਾਂ ਪੜ੍ਹੀ ਜਾਣੀਆਂ ਇਹ ਹੈ ਜੀ ਪੁਰਾਣੀ ਮਸਜਿਦ ਪਿੰਡ ਦੇ ਦੱਖਣ ਵੱਲ ਛੱਪੜ ਦੇ ਕਿਨਾਰੇ ਸਾਡੇ ਬਿਲਕੁਲ ਅੱਛੀ ਹਾਲਤ ਵਿੱਚ ਮੌਜੂਦ ਹੈ ਬਹੁਤ ਮਜ਼ਬੂਤ ਮਸਜਿਦ ਬਣੀ ਹੋਈ ਹੈ ਕਿਸੇ ਸਮੇਂ ਇੱਥੇ ਰੌਣਕਾਂ ਜੁੜਦੀਆਂ ਹੁੰਦੀਆਂ ਸਨ ਬੀਤੇ ਦੀਆਂ ਬਾਤਾਂ ਪਾਉਂਦੀ ਹੋਈ ਇਹ ਮਸਜਿਦ ਔਰ ਇਸ ਵਿੱਚੋਂ 47 ਦੇ ਉਜਾੜਿਆਂ ਦੀ ਝਲਕ ਤੁਸੀਂ ਵੇਖ ਸਕਦੇ ਹੋ ਕਿਵੇਂ ਦਰਖਤ ਉੱਗ ਗਏ ਨੇ ਵਿੱਚ
ਲੈ ਕੇ ਚੱਲਦੇ ਤੁਹਾਡੇ ਪਿੰਡ ਦੀਆਂ ਗੱਲਾਂ ਚਾਰ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ 47 ਤੋਂ ਪਹਿਲੇ ਵਸੇਬ ਕਿਸ ਤਰ੍ਹਾਂ ਦਾ ਸੀ, ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ, ਕਿਆ ਹਿੰਦੂਆਂ ਸਿੱਖਾਂ ਦੇ ਘਰ ਵੀ ਹੈਗੇ ਸੀ? ਹਿੰਦੂਆਂ ਸਿੱਖਾਂ ਦੇ ਘਰ ਹੈਗੇ ਸੀ, ਲੇਕਿਨ ਕੋਈ ਪਰਹੇਜ ਨਹੀਂ ਸੀ ਹੈਗੀ। ਇਹ ਹਿੰਦੂ ਹੈ ਤੇ ਇਹ ਮੁਸਲਮਾਨ ਹੈ, ਸਹੀ ਆਈ ਸਮਝ? ਇਕੱਠੇ ਹੀ ਬੈਠਣਾ, ਇਕੱਠੇ ਹੀ ਉੱਠਣਾ। ਅਸੀਂ ਮੇਰੇ ਨਾਲ ਇੱਕ ਦੋ ਮੁੰਡੇ ਹੁੰਦੇ ਸੀ, ਦਲੀਪ ਚੰਦ ਤੇ ਮਲਕੀਤ ਰਾਮ, ਪੜ੍ਹਦੇ ਰਹੇ ਅਸੀਂ। ਅੱਛਾ, ਸਾਡੇ ਨਾਲ ਇਕੱਠੀ ਹਮ ਜਮਾਤ ਸੀ ਉਹ। ਤੁਸੀਂ ਪੜ੍ਹਦੇ ਵੀ ਰਹੇ ਹੋ? ਜੀ ਹਾਂ। ਕਿਹੜੀ ਜਮਾਤ 'ਚ ਸੀਗੇ? ਮੈਂ ਮੇਰਾ ਖਿਆਲ ਸੱਤਵੀਂ ਸੀ। ਸੱਤਵੀਂ 'ਚ ਸੀਗੇ ਜਦੋਂ ਵੰਡ ਹੋਈ ਹੈ? ਜੀ ਹਾਂ। ਚਲੋ, ਮੈਂ ਪੜ੍ਹਾਈ ਲਿਖਾਈ ਬਾਰੇ ਵੀ ਤੁਹਾਡੇ ਕੋਲ ਪੁੱਛਦਾ, ਪਿੰਡ ਦਾ ਦੱਸੋ, ਪਿੰਡ 'ਚ ਕਿੰਨੇ ਘਰ ਸਿੱਖਾਂ ਦੇ ਸੀ, ਕਿੰਨੇ ਮੁਸਲਮਾਨਾਂ ਦੇ? ਇੱਕ ਸਿੱਖਾਂ ਦਾ ਘਰ ਸੀ, ਇੱਕ ਹਿੰਦੂਆਂ ਦਾ ਘਰ ਸੀ, ਬਾਕੀ ਸਾਰੇ ਮੁਸਲਮਾਨਾਂ ਦੇ। ਸਿੱਖਾਂ ਦਾ ਕੀ ਨਾਂ ਦੱਸਿਆ ਜਿਹੜਾ ਘਰ ਸੀ ਜਿਨ੍ਹਾਂ ਦਾ? ਉਹ ਜਿਹਦੇ ਨਾਂ ਹਿੰਦੂ ਜਿਹੜੇ ਸੀ ਉਹ ਜੂਰਾ ਸੀ, ਮੁਨਸ਼ੀ, ਤੁਲਸੀ, ਮਲਕੀਤ, ਜਦੀਪਾ ਤੇ ਪੂਰਨ ਤੇ ਮੱਖਣ। ਸਾਰੇ ਨਾਂ ਤੁਹਾਨੂੰ? ਸਾਰੇ ਜੀ, ਮੈਂ ਸਾਰੇ ਵੱਡਾ ਜਿਹੜਾ ਸੀ ਉਹ ਰੂੜਾ ਸੀ। ਮੇਰੇ ਅਬੂ ਗਏ ਸੀ, ਫਿਰ ਹੁਣ ਜਿਹੜੇ ਪਾਕਿਸਤਾਨ ਬਣਿਆ ਬਾਹਰ ਚ ਗਏ। ਹਾਂ, ਮੇਰੇ ਅਬੂ ਹੋ ਕੇ ਆਇਆ, 8 ਦਿਨ ਰਹਿ ਗਿਆ ਚਾਚਾ ਨਾਥ ਦੇ ਕੋਲ। ਚਾਚਾ ਨਾਥ, ਚਾਚਾ ਨਾਥ ਕੌਣ ਸੀ? ਹਿੰਦੂ ਸੀ? ਹਿੰਦੂ। ਜਿਹੜੀ ਉਹਦੀ ਵਾਲਦਾ ਸੀ ਉਹਦਾ ਨਾਂ ਸੀ ਅੰਮਾ ਮਾਲਾ। ਅਸੀਂ ਉਹਨੂੰ ਬੇਬੇ ਕਹਿੰਦੇ, ਬੇਬੇ ਮਾਲਾ। ਅੱਜ ਕੱਲ ਤਾਂ ਵੇਖੋ ਨਾਲ ਦੇ ਜਿਹੜੇ ਘਰ ਹੁੰਦੇ, ਦੀਵਾਰ ਦੇ ਨਾਲ ਘਰ ਹੁੰਦੀ ਹੈ, ਉਹ ਜੀ ਕਰਕੇ ਨਹੀਂ ਬੁਲਾਉਂਦੇ। ਤੇ ਵੇਖੋ, ਮਾਤਾ ਅਗਰ ਕਿਸੇ ਦੀ ਸੀ ਤੇ ਉਹ ਮਾਤਾ ਹੀ ਦੱਸਦੇ ਸੀ, ਜੇ ਕਿਸੇ ਦਾ ਚਾਚਾ ਹੈ ਤੇ ਉਹਨੂੰ ਚਾਚਾ ਕਰਕੇ ਬੁਲਾਉਂਦੇ, ਅਸੀਂ ਚਾਚਾ ਕਹਿੰਦੇ ਸੀ। ਇਹ ਉਹ ਚੀਜ਼ਾਂ ਨੇ ਜੋ ਉਸ ਵੇਲੇ ਬਹੁਤ ਖੂਬਸੂਰਤ। ਮੇਰਾ ਨਾਂ ਸ਼ਮਸ਼ਾਰ ਕੇਸਰੀ ਨੇ ਰੱਖਿਆ, ਅਭੇਰ ਵਿੱਚ ਲਿਖਿਆ ਨਾਂ ਮੇਰਾ। ਅੱਛਾ, ਇਹਦੇ ਵਿੱਚ ਮੇਰੀ ਚਾਚੀ ਨੇ ਰੱਖਿਆ, ਉਹਨੇ ਸਿੱਖਣੀ ਰੱਖੀ ਕੇਸਰੀ ਨੇ। ਅੱਛਾ, ਹਾਂ। ਫਿਰ ਮੇਰੀ ਸ਼ਾਦੀ ਦਾ ਪੁੱਛਿਆ, ਮੇਰੇ ਬੱਚਿਆਂ ਦਾ ਪੁੱਛਿਆ, ਫਿਰ ਮੇਰੇ ਅੱਬੂ ਨੇ ਕਿਹਾ ਕਿ ਮੈਂ ਆਪਣੀ ਬੇਟੀ ਦੀ ਸ਼ਾਦੀ ਕਰ ਦਿੱਤੀ ਹੈ। ਸਾਰਾ ਸਾਨੂੰ ਖਤ 10-15 ਆਏ ਹੈ ਖਤ, ਮੇਰੇ ਉੱਥੇ ਮੇਰੇ ਭਰਾਵਾਂ ਦੇ ਕੋਲ ਮੇਰੇ ਕੋਈ ਕੋਈ ਖਤ ਵਾ, ਬਸ ਇਹਦੇ 'ਤੇ ਮੇਰਾ ਸਾਰਾ ਕੁਛ ਲਿਖਿਆ। ਅੱਛਾ, ਇਸ ਖਤ ਦੇ ਵਿੱਚ ਕੀ ਲਿਖਿਆ? ਤੁਸੀਂ ਪੜ੍ਹ ਲਓ, ਤੁਸੀਂ ਤਾਂ ਪੜ੍ਹੇ, ਮੈਂ ਤੁਹਾਨੂੰ ਪੜ੍ਹ। ਅੱਛਾ, ਇਹ ਖਤ ਹੈ ਜੀ 26/5/1979 ਦਾ, ਠੀਕ ਹੈ। ਅਤੇ ਪਹਿਲੇ ਸਲਾਮ ਉਹਨਾਂ ਨੇ ਅਰਜ਼ ਕੀਤਾ ਹੈ, ਲੇਕਿਨ ਉਰਦੂ ਬਹੁਤ ਔਖੀ ਲਿਖੀ ਹੈ। ਤੁਸੀਂ ਇਸ ਤੋਂ ਪਹਿਲੇ ਪੜ੍ਹਿਆ ਹੈ ਖਤ? ਅਗਰ ਤੁਸੀਂ ਆ ਕੇ ਜ਼ਰਾ ਖਤ ਪੜ੍ਹ ਦਿਓ ਤਾਂ। ਅੱਜ ਤਰਫ ਰਾਮਨਾਥ। ਅੱਛਾ, ਸਤ ਨਾਮ ਬੈਦੋਵਾਲ ਚੰਨੀਆ। ਸਲਾਮ ਕੇ ਬਾਅਦ ਅਰਜ਼ ਹੈ ਕਿ ਆਪ ਖੁਸ਼ ਔਰ ਪੜ੍ਹ ਕਰ ਬਹੁਤ ਖੁਸ਼ੀ ਹੋਈ। ਹਾਂ ਬਾਈ ਜੀ, ਆਪਣੇ ਜੋ ਵੀ ਲਿਖਾ ਹੈ ਸਹੀ ਲਿਖਾ ਹੈ, ਔਰ ਮੈਂ ਇਸ ਬਾਤ ਕੀ ਮਾਫ਼ੀ ਮੰਗਤਾ ਹੂੰ। ਔਰ ਬਾਈ ਜੀ, ਖਤ ਕੋ ਦੇਰ ਇਸ ਲਈ ਹੋਈ ਕਿ ਜਬ ਪਾਕਿਸਤਾਨ ਕਾ ਝਗੜਾ ਸ਼ੁਰੂ ਉਠਾ, ਮੇਰੀ ਸਮਝ ਮੇਂ ਨਹੀਂ ਆਇਆ ਕਿ ਬਾਈ ਜੀ ਕਿਸੀ ਸੁਬਹ ਇਹ ਜਗ੍ਹਾ ਗਈ। ਵਹੀ ਜਨਾਬ ਜੀ, ਦਿਲ ਚਾਹਤਾ ਹੈ ਕਿ ਹਰ ਲਮ੍ਹਾ ਆਪਕੇ ਪਾਸ ਪਹੁੰਚ ਜਾਊਂ, ਤੋ ਆਪਕੇ ਪਾਸ ਔਰ ਕਈ ਦਿਨੋਂ ਆਪਕੇ ਕਦਮੋਂ ਪਰ ਹਾਜ਼ਰੀ ਦੂੰ। ਔਰ ਬਾਈ ਜੀ, ਬਾਤ ਇਹ ਹੈ ਕਿ ਹਮ ਕੋ ਲਿਖੇ ਬਹੁਤ ਹਮਾਰੀ ਔਰ ਕੇਸਰੀ ਕੀ ਮੁਲਾਕਾਤ ਹੋ ਸਕਦੀ ਹੈ, ਯਾਨੀ ਕਿ ਇਹਨਾਂ ਦੇ ਨਾਲ ਮੁਲਾਕਾਤ ਹੋ ਸਕਦੀ ਤੁਹਾਡੇ ਨਾਲ ਜੈ। ਔਰ ਜਨਾਬ, ਮੈਂ ਬਾਗ ਕਾ ਮਾਈ ਇਹ ਨਹੀਂ ਸਮਝ ਆਏ। ਅੱਛਾ ਜੀ, ਲਿਖਿਆ ਹੈ ਜੀ, ਔਰ ਇਸੀ ਬਾਤ ਕੀ ਬਹੁਤ ਮਾਫ਼ੀ ਮੰਗਦਾ ਹਾਂ ਕਿ ਆਪਕੋ ਖਤ ਨਹੀਂ ਲਿਖਾ। ਅੱਗੇ ਲਿਖਿਆ ਇਹਨਾਂ ਨੇ ਜੀ, ਲਿਖਿਆ ਕਿ ਮੁਲਾਕਾਤ ਜਿਹੜੀ ਨਾ ਇਨਸ਼ਾਅੱਲਾ ਜਲਦੀ ਹੋ ਜਾਏਗੀ ਮੇਰੀ ਤਰਫ ਸੇ ਔਰ ਕੇਸਰੀ ਕੀ ਤਰਫ ਸੇ। ਸ਼ਮਸ਼ਾਦ ਕੋ ਬਹੁਤ ਬਹੁਤ ਪਿਆਰ ਮੇਰਾ।
और भाई साहब आपको बहुत सलाम, शमशाद का नाम केसरी ने रखा था। वाह लिखे जी, क्या बात। हाँ जी, अब वो जवान हो गई होगी भाई। चाचा मैं बड़ी, ये थोड़ी औखी है लिखी है जी। चलो जी, जिन्हें तुम पढ़ता हो शमशाद के फिर थले उन्होंने प्यार लिखा है, पूछे उन्होंने बारे बड़ा प्यार से कि उन्होंने प्यार शेयर देना, ते बाकी गांव के दोस्तों ने मैसेज दिता उन्होंने। देखो जी, ए खत जड़ा है लगभग कोई 47 दे कोई 30 साल बाद 32 साल बाद खत इन्हों आता है, और बाकायदा इंडिया की जी उस वे मोर वगैरह और स्टैंप वगैरह इंडिया के सारे लगे हुए हैं, और ये जो मुहब्बत ने वो तुम अखरा वाग उन्होंने बेटे, तुम इन्होंने बेटे जी बेटे जी इन्होंने बेटे को सुन। थोड़ा नाम जी? फलक नाल हसन। फलक नाल हसन जी, थोड़ा बहुत बहुत शुक्रिया जी। मीहा ਤੁਹਾਡੇ ਘਰ ਕਿੱਥੇ ਸਾਰੇ ਪਾਸੇ? ਸਾਡੇ ਘਰ ਨਾਲ ਹੀ ਆ ਜੀ, ਪੱਕਿਆ ਘਰ ਨਾਲ ਹੀ ਆ, ਫਲਾਹ ਸਾਡੇ ਘਰ ਹੈ ਪੀੜਾਂ ਦੀ ਜਗ੍ਹਾ, ਉੱਥੇ ਨਾਲ ਹੀ ਸਾਡੇ ਜਿਹੜੇ ਤੋਂ ਗਏ ਪਾਕਿਸਤਾਨ ਤੋਂ। ਹਾਂਜੀ, ਉਹ ਨਾਲ ਮੈਂ ਪੜ੍ਹਿਆ ਬੂਟਾ ਸਿੰਘ ਹੁੰਦਾ ਸੀ, ਉੱਥੇ ਸਾਡੇ ਹੁੰਦਿਆਂ ਆਉਂਦੇ ਰਹੇ ਆ, ਅਤੇ ਸਾਡੇ ਭਾਪੇ ਨਾਲ ਬੜਾ ਪਿਆਰ ਸੀ, ਅਤੇ ਇੱਕ ਉਹਨਾਂ ਦੀ ਹੁਣ ਪਿੱਛੇ ਐਂਟ ਆਈ ਆ ਗੱਲਬਾਤ, ਉਹ ਸ਼ਮਸ਼ਾਦ ਕੁੜੀ, ਸ਼ਮਸ਼ਾਦ ਕੁੜੀ ਮਾਮਾ ਭਾਂਜੀ ਹੈ। ਅੱਛਾ, ਉਹਦਾ ਨਾਮ ਮੇਰੀ ਬੀਬੀ ਨੇ ਰੱਖਿਆ ਸੀ, ਅਤੇ ਉਹ ਇੱਕ ਵਾਰੀ ਰਾਤ ਨੂੰ ਅਸੀਂ ਪੜ੍ਹਿਆ, ਬੜੇ ਪਿਆਰ ਨਾਲ ਗੱਲਾਂ ਕਰਦੀ, ਰੋਂਦੀ ਵੀ ਸਰਦੂਣ, ਸਾਨੂੰ ਵੀ ਬੜਾ ਆਉਂਦਾ ਜਦੋਂ ਅਸੀਂ ਗੱਲਾਂ ਸੁਣਦੀਆਂ, ਅਤੇ ਮਤਲਬ ਅਸੀਂ ਉਹਨਾਂ ਤੋਂ ਬਾਅਦ ਬਚਪਨ ਜੰਮੇ ਹਾਂ, ਅਤੇ ਸੰਸਾਰ ਤੋਂ ਬਾਅਦ ਜੰਮੇ ਅਸੀਂ, ਅਤੇ ਉਹਨਾਂ ਗੱਲਾਂ ਸੁਣਨ ਤੋਂ ਬਾਅਦ ਫਿਰ ਸਾਨੂੰ ਇਹ ਪਤਾ ਲੱਗਾ ਕਿ ਸਾਡੇ ਨਾਲ ਬੜਾ ਗੂੜਾ ਪਿਆਰ ਸੀ ਇਹਨਾਂ ਦਾ। ਹਾਂਜੀ, ਉਹਨਾਂ ਕਦੇ ਵੀ ਦੱਸਿਆ ਸੀ ਵੀ ਜੇ ਕੋਈ ਸੁਣਦਾ ਨਾਲ ਦਾ ਲੜਕਾ ਅਤੇ ਜਾਣਾ ਕੋਈ ਜੀ ਤਾਂ ਸਾਰੀ ਗੱਲਬਾਤ ਕਰਾਇਓ। ਹਾਂਜੀ, ਅਤੇ ਮੈਂ ਉਹ ਰਾਤ ਨੂੰ ਬੜੀ ਸੁਣੀ ਗੱਲਬਾਤ, ਅਤੇ ਮੈਨੂੰ ਨਹੀਂ ਸੀ ਗੱਲਬਾਤ ਦਾ ਪਤਾ ਲੱਗਦਾ ਕਿ ਜਾਣਾ ਕਿਹੜਾ ਕਰਨੀ ਆ, ਕਿਆ ਵੋਟਾਂ ਚੱਕਰ ਵਿੱਚ ਲੋਕਡਾਊਨ ਚੱਕਰ ਵਿੱਚ ਗੱਲ ਨਹੀਂ ਹੋਈ ਅਜੇ ਤੱਕ, ਗੱਲ ਨਹੀਂ ਹੋਈ, ਗੱਲ ਹੋ ਜਾਣੀ। ਤੁਸੀਂ ਆਪਣਾ ਵਟਸਐਪ ਨੰਬਰ ਹੈ ਤੁਹਾਡੇ ਕੋਲ? ਵਟਸਐਪ ਦਾ ਹੈ, ਵਟਸਐਪ ਚੱਲਦਾ ਜੀ? ਮੇਰੇ ਕੋਲ ਵਟਸਐਪ ਨੰਬਰ ਨਹੀਂ, ਤੇ ਫੋਨ ਤੇਰਾ ਕਰਦਾ ਹਾਂ ਤੁਹਾਡੀ, ਉਹ ਮੁੰਡੇ ਦਾ ਨੰਬਰ ਹੈਗਾ ਜੀ? ਸਾਡੇ ਵੀ ਫੋਨ ਆਉਂਦੇ ਨੇ, ਕਿਹੜਾ ਨੰਬਰ? ਹਾਂ, ਨੰਬਰ ਲਿਖਾ ਦਿਓ। 81 81, ਹਾਂਜੀ, 29 29, 98 98, 47 47, 45, ਠੀਕ ਹੈ ਜੀ। ਅਤੇ ਤੁਹਾਡੀ ਗੱਲ ਜ਼ਰੂਰ ਹੋ ਜਾਏਗੀ, ਠੀਕ ਹੈ। ਉਹ ਕਰਨੀ ਚਾਹੁੰਦੇ ਨੇ ਗੱਲ? ਅਸੀਂ ਵੀ ਕਰਨੀ ਚਾਹੁੰਦੇ ਹਾਂ ਜੀ, ਸਮਝੇ ਸਵਾਲ ਪਤਾ ਨਹੀਂ ਗੱਲ ਕਰਨੀ, ਗੱਲ ਕਿਵੇਂ ਹੋਵੇ ਫਿਰ, ਠੀਕ ਹੈ ਜੀ, ਹੋ ਜਾਏਗੀ ਜੀ। ਵਟਸਐਪ ਚਾਹੀਦਾ? ਹਾਂਜੀ, ਵਟਸਐਪ 'ਤੇ ਕਾਲ ਆਏਗੀ ਤੁਹਾਨੂੰ, ਠੀਕ ਹੈ ਜੀ। ਅਤੇ ਉਹ ਜਿਹੜੀ ਲੜਕੀ ਸ਼ਮਸ਼ਾਦ ਸੀ ਉਸ ਸਮੇਂ, ਅਤੇ ਹੁਣ ਤਾਂ ਬਜ਼ੁਰਗ ਖਤੂਨ ਹੈ, ਬਾ ਬਜ਼ੁਰਗ ਹੋ ਗਿਆ ਵੀ, ਮੈਂ 5-6 ਸਾਲ ਦੀ ਸੀ ਜਦੋਂ ਹਜੇ ਫੇਸ ਹੋ ਗਏ ਜਦੋਂ। ਹਾਂਜੀ, ਇਬਰਾਹਿਮ ਦੀ ਬੇਟੀ, ਇਬਰਾਹਿਮ ਦੀ ਬੇਟੀ। ਹਾਂਜੀ, ਕਿੱਥੇ ਸੀ ਇਬਰਾਹਿਮ ਦਾ ਘਰ? ਉਹ ਨਾਲ ਹੀ ਆ, ਪੱਕਾ ਘਰ ਹੈ, ਉਹ ਤੁਹਾਨੂੰ ਦਿਖਾਓਗੇ ਸਾਨੂੰ? ਹਾਂਜੀ, ਆਓ ਚੱਲੀਏ। अच्छा, ये बेटी पुरानी है? बहुत पुरानी जगह, अच्छा जी, ये थोड़ा करा, ये पुराना घर है थोड़ा जी? हाँ जी, पीर दा स्थान बनाया हुआ है जी? अच्छा जी, इधर भी बनाया, इधर भी बनाई हुई है जी, लखदाता पीर दी। हाँ जी, अच्छा, ये सी जी रामनाथ जी का घर है जी, पुराना। वाह जी वाह।
ये ढाक नवे बनाए फिर ढाक नवे बनाए तो कच्चे ही चलो हले पे ये टाली है जी रहा जी उस वे की पुरानी ਸ਼ੁਕਰੀਆ ਇਹ ਹੈ ਜੀ ਪੁਰਾਣਾ ਰੁੱਖ ਫਰਾਈ ਦਾ 1947 ਵੇਲੇ ਦਾ ਇਹ ਥੱਲੇ ਅਸਥਾਨ ਬਣਾਇਆ ਹੋਇਆ ਇਹਨਾਂ ਨੇ ਪੀਰ ਦਾ ਅਤੇ ਇਬਰਾਹਿਮ ਜੀ ਦਾ ਘਰ ਕਿੱਥੇ ਸੀ ਉਹ ਆ ਗਿਆ ਪਾਸੇ ਗਲੀ ਗਲੀ 'ਚ ਜੀ ਅੱਛਾ ਜੀ नंबर ले लिया ਤੁਹਾਡੀ ਗੱਲ ਕਰਾਵਾਂਗੇ ਦੂਜੀ ਕਿੱਥੇ ਸੀ ਦੂਜੀ ਮਸੀਤ ਦੋ ਸੀਗੀਆਂ ਜੀ ਉੱਥੇ ਨਹੀਂ ਇੱਕ ਇੱਧਰ ਸੀਗੀ ਅੱਛਾ ਇੱਕ ਦੋ ਮਸੀਤਾਂ ਸਨ ਇੱਥੇ ਪੱਕਾ ਘਰ ਅੱਛਾ ਜੀ ਅੱਛਾ ਇੱਥੇ ਹੁੰਦਾ ਸੀ ਘਰ ਅੱਛਾ ਜੀ ਅੱਛਾ ਇਹ ਸੀ ਜੀ ਘਰ ਹੈ ਜੀ ਤੁਸੀਂ ਰਾਮਨਾਥ ਜੀ ਦੇ ਬੇਟੇ ਹੋ ਹਾਂਜੀ 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 ਵੱਡਾ ਭਰਾ ਸੀ ਤੁਸੀਂ ਉਹਨਾਂ ਦੇ ਛੋਟੇ ਭਾਈ ਹੋ ਜੀ ਉਦੋਂ ਛੋਟੇ ਸੋ 47 ਚ ਇਹ ਘਰ ਸੀ ਜੀ ਉਹਨਾਂ ਦਾ ਅੱਛਾ ਯਰਮਲਾੜੀ ਇੱਥੇ ਇਹ ਢਾਕੇ ਨਵੇਂ ਬਣਾਤੇ ਹਾਂ ਜੀ ਇੱਥੇ ਹੁੰਦੇ ਸਨ ਜੀ ਪੁਰਾਣੇ ਮਕਾਨ ਅੱਛਾ ਜੀ ਅਤੇ ਲੰਬੜਦਾਰ ਦਾ ਅਤੇ ਲੰਬੜਦਾਰੀ ਦਾ ਘਰ ਕਿਹੜਾ ਇੱਧਰ ਲੰਬੜਦਾਰ ਦਾ ਘਰ ਸੀ ਹੈ ਜੀ ਇਹ ਪੱਠੇ ਵੀ ਪੰਜ ਚਾਰ ਘਰ ਠੀਕ ਹੈ ਜੀ ਚਾਹ ਬਣੀ ਵਾਹ ਜੀ ਸ਼ੁਕਰੀਆ ਸ਼ੁਕਰੀਆ ਇੰਨੀ ਬਹੁਤ ਮਿਹਰਬਾਨੀ ਤੁਹਾਡੀ ਠੀਕ ਹੈ ਜੀ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਤਰਖਾਣਾ ਦੇ ਘਰ ਉਹਨੂੰ ਯਾਦ ਕਰਦੇ ਨੇ ਬੜਾ ਹਾਂਜੀ ਤਰਖਾਣਾ ਦੇ ਘਰ ਉਹ ਕਿਸ ਪਸੰਦ ਉਹਦੀ ਫਸਲੀ ਹੈ ਉਸ ਪਾਸੇ ਸਨ ਠੀਕ ਹੈ ਸੇਮ ਸੇਨ ਪੁੱਛ ਲੈਂਦੇ ਹਾਂ ਹੈਂਜੀ ਅੱਛਾ ਅੱਛਾ ਕੁਛ ਸੁਨੇਹਾ ਦਿਓ ਕਰਾਂਗੇ ਯਾਦ ਬੜੀ ਦੇਖਿਆ ਤੇ ਹੈਗੀ ਹਾਂਜੀ ਪਰ ਬੜਾ ਮਨ ਭਾਗ ਆਇਆ ਜਦੋਂ ਉਹਨਾਂ ਦੀ ਵੀਡੀਓ ਵੇਖੀ ਹਾਂਜੀ ਜੀ ਹਾਂਜੀ ਸਾਨੂੰ ਵੀ ਅਸੀਂ ਵੇਖੇ ਨਹੀਂ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਠੀਕ ਹੈ ਜੀ ਜ਼ਰੂਰ ਗੱਲ ਹੋਏਗੀ ਨੰਬਰ ਤੁਹਾਡਾ ਆ ਗਿਆ ਜੀ ਰਿਕਾਰਡ ਕਰ ਲਿਆ ਸੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਠੀਕ ਆ ਲੋ ਜੀ ਭਾਵਕ ਹੋ ਗਏ ਨੇ ਉਹ ਵੀ
दर्शन करना आए हो तुहाडे? हां जी, हां जी, हां जी। और ठीक ठाक हो? बिल्कुल ठीक ठाक। दवाई चलदी है? हां, दवाई चलदी है जी। दवाई भी चलदी है। ठीक है, और वधिया वधिया। मेरा ठीक, बड़ा चिर पिछो गेड़ा कढ़िया, की गल? हां जी, हां जी, अज आए सी तुहाडे दर्शन करना सी पिंड च। किधर आए? हां जी, हां जी। तुहाडा नाम की है जी? मेरा नाम आगे नहीं देखे। हां, तरसेम सिंह। हां जी, हां जी। किन्ने भरा सन ताए चाचे तुहाडे? असीं भरा छे चार भरा जिहड़े ने ओह हैगे ने मेरे ताए दे मुंडे। अच्छा, दो भरा जड़े असी है बिलकुल सके ठीक है। हाँ जी, दो भरा ना जड़े। हाँ जी, हाँ जी, हाँ जी। असी एक प्यो की औलाद है। एक प्यो की औलाद, ठीक है। ना दस दौ भरावान भरावान ना तुम पूछ सकते? हाँ जी, दसा तो दसो। अच्छा, तरसेम सिंह मेरा नाम लिख लिया जी। जी, किशन सिंह। किशन सिंह, हाँ जी, ठीक है। वो तो बाद में ताए दे मुंडे आ गए, बिशन सिंह। हाँ जी, ठीक है। काबल सिंह, जगदीश सिंह, सरवण सिंह, ठीक हो गया। अच्छा, इत्थे जिहड़ी एक मसीत हैगी छप्पड़ दे कोल, हाँ जी, इस पासे, दूजी मसीत किस पासे सी? देखो, सीटा एको ही होंगी है। एको ही सी, दो नहीं सन। गुरद्वारा जिहड़ा होवे वह भी एको ही। हाँ जी, हुण दवाड़ हो गए आ। नहीं, उदो मसीत होंदी सी, दो होंदी सन मसीतां, दूजी कित्थे होंदी सी? नहीं नहीं, मसीत दूजी हरी सी, उहनूं सादे सी तखिया। अच्छा, तखिया सी, तखिया के तखिया उहनूं सादे सी जिहड़े शाम नूं बुढ़े होए जवान होए उत्थे जाके तां बह जाणा। चुट बैठदे सन? आ बोर्ड सी, बोर्ड थले सी, ठीक है। बोर्ड थले एक ए बोर्ड सी, एक ओ परे खानगाड़ी आ बोर्ड, खानगाड़ी बोर्ड, उत्थे जल्ला लै के इन्हां नूं। हां जी, खानखाली जगह जिहड़ी, हां जी, उत्थे जाणा। अच्छा, ये दसो जिहड़ा इत्थे लंबड़दार सी, की नाम सी उहदा? गुलाम, गुलाम ही सी मेरे ख्याल मोहम्मद रफी। गुलाम मोहम्मद, गुलाम मोहम्मद, गुलाम सी अगे तो नाम दस। गुलाम मोहम्मद, हाँ जी, हाँ जी। केड़ा घर सी उहनां दा? उहनां दा घर आ सी साडे नाल ही आ परे बैक साइड। हाँ जी, वेख लिया सी उह। हाँ जी, चलो ठीक है जी, बहुत बहुत शुक्रिया, धन्यवाद तुहाडा। असीं जाणा हुण पीर बाबा मुल्क मुल्क शाह, मुल्क शाह दे कादरपुरा। कादरपुरे अगे तुसीं गए हो?
ਅੱਗੇ ਨਹੀਂ ਗਏ ਨਹੀਂ ਅੱਗੇ ਗਏ ਦੇਖਿਆ ਨਹੀਂ ਕਾਦਰਪੁਰ ਉਹੀ ਪੱਤੀਆਂ ਸੱਤ ਪੱਤੀਆਂ ਨਾ ਆਪਣੇ ਪਿੰਡ ਦੀਆਂ ਕਾਦਰਪੁਰ ਦਾ ਨਾਂ ਹੁੰਦਾ ਤੇ ਕਾਦਰਪੁਰ ਨਾਲ ਪਤਾ ਲੱਗਦਾ ਵੀ ਹੈ ਕਿੱਥੇ ਕਿੱਥੇ ਨਹੀਂ ਸਤਾਪਤੀਆਂ ਦੇ ਵਿੱਚੋਂ ਸੱਤ ਹੀ ਲੱਭਣ ਸੀ ਕਾਲਪੁਰਾ ਜਿਹੜਾ ਸੀ ਉਹ ਵੱਖਰਾ ਸੀ ਲਖਵਾਲ ਵੱਖਰਾ ਸੀ ਹੈ ਪਤੀਆਂ ਹੀ ਹੈ ਪੋੜਾ ਘਾਗੋਲ ਹੈ ਘਲੀਆਂ ਝਵਾੜਾ ਇਹ ਵੀ ਇੱਥੋਂ ਹੀ ਗਈਆਂ ਸੱਤ ਪੱਤੀਆਂ ਸੱਤ ਪੱਤੀਆਂ ਝਵਾਣਾ ਜਿਹੜਾ ਉੱਥੇ ਜਿਹੜਾ ਹੈਗਾ ਹਿਜਮਾ ਹਿਜਮਾ ਹੋ ਗਿਆ ਬੇਚਰਾਗ ਉਹ ਬੇਚਰਾਗ ਹੋ ਗਿਆ ਹਿਜਮਾ ਬੇਚਰਾਗ ਹੋ ਗਿਆ ਕਾਦਰਪੁਰਾ ਵੀ ਬੇਚਰਾਗ ਹੋ ਗਿਆ ਨਹੀਂ ਨਹੀਂ ਕਾਦਰਪੁਰਾ ਸਾਡੇ ਵਿੱਚ ਹੈਗਾ ਅਜੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਫਿਰ ਆਵਾਂਗੇ ਤੁਹਾਡੇ ਦਰਸ਼ਨ ਕਰਨ ਬਸ ਸ਼ੁਕਰੀਆ ਬਸ ਇੰਨਾ ਹੀ ਦਰਸ਼ਨ ਕਰਨੇ ਤੁਹਾਡੇ ਦਰਸ਼ਨ ਹੋ ਗਏ ਨੇ ਤਾਂ ਹੁਣ ਤੁਸੀਂ ਜਾਣਾ ਹੈਗਾ ਕਾਦਰਪੁਰ ਉਸ ਜਗ੍ਹਾ ਹੈਗੀਆਂ ਜਗ੍ਹਾ ਹੈਗੀਆਂ ਦੋ ਤਿੰਨ ਠੀਕ ਹੈ ਕਰ ਲੈਣੇ ਦਰਸ਼ਨ ਇੱਕ ਉੱਥੇ ਜਗ੍ਹਾ ਹੈਗੀ ਆ ਨੌ ਵਜਾ ਕੱਚੀ ਆ ਮਸਾਲ ਹੋ ਗਈ ਉਹ ਤਾਂ ਮੈਨੂੰ ਗਏ ਨੂੰ ਵੀ ਦੇਰ ਹੋ ਗਈ ਆ ਅੱਗੇ ਉਹ ਕੱਚੀ ਸੀ ਉਹ ਵੀ ਕੱਚੀ ਸੀ ਤਾਂ ਆ ਇੱਧਰ ਜਗ੍ਹਾ ਸੀਗੀ ਉਹ ਵੀ ਕੱਚੀ ਸੀ ਕੋਈ ਲੈਟਰ ਟੂਟਰ ਨਹੀਂ ਸੀ ਉਹ ਜਗ੍ਹਾ ਦੇ ਦਰਸ਼ਨ ਕਰਨ ਵਾਲੇ ਠੀਕ ਹੈ ਜੀ ਹੁਣ ਚੱਲਦੇ ਹਾਂ ਦਰਸ਼ਨ ਕਰਦੇ ਹਾਂ ਜੀ ਉਹ ਹੈਗੇ ਆ ਕਾਕੇ ਖੱਡੇ ਖੱਡ ਜਾਈਏ ਨਾ ਐਰ ਕਰਕੇ ਆ ਵਿੱਚ ਜੇ ਕਰਕੇ ਪਹਾੜੀ ਜੇ ਦੇ ਵਿੱਚ ਉੱਥੇ ਹੈਗੀ ਆ ਜਗ੍ਹਾ ਬਣੀ ਹੈ ਜਗ੍ਹਾ ਬਣੀ ਆਲੇ ਦੁਆਲੇ ਛਾਪੇ ਛੁਪੇ ਵੱਡੇ ਵੱਡੇ ਆ ਉਹ ਹੈਗੇ ਆ ਟੋਪ ਬਚਾ ਠੀਕ ਹੈ